1991 ਇਸ ਵਰੇ ਦੀ ਸਭ ਤੋਂ ਪਹਿਲੀ ਤੇ ਬੇਅੰਤ ਕਾਮਯਾਬ ਫਿਲਮ ਕਾਲੇ ਚੋਰ ਸੀ। ਇਹ ਫਿਲਮ ਉਰਦੂ ਤੇ ਪੰਜਾਬੀ ਦੋਹਾਂ ਜ਼ੁਬਾਨਾਂ ਵਿੱਚ ਇੱਕੋ ਵੇਲੇ ਰਿਲੀਜ਼ ਕੀਤੀ ਗਈ। ਇਹ ਨਿਰੀ ਕਾਮਯਾਬ ਹੀ ਨਹੀਂ ਸਗੋਂ ਨਵੇਂ ਰਿਕਾਰਡ ਬਣਾਉਣ ਵਾਲੀ ਫਿਲਮ ਵੀ ਸੀ। ਉਰਦੂ ਵਾਲੇ ਬੀਤੇ ਕਈ ਵਰ੍ਹਿਆਂ ਤੋਂ ਪੰਜਾਬੀ ਫਿਲਮ ਤੇ ਸੁਲਤਾਨ ਰਾਹੀ ਖਿਲਾਫ ਪ੍ਰੋਪਗੰਡਾ ਕਰ ਰਹੇ ਸਨ ਭਾਈ ਪੰਜਾਬੀ ਫਿਲਮ ਤੇ ਸੁਲਤਾਨ ਰਾਹੀ ਹੋਰਾਂ ਵਸੇਬ ਨੂੰ ਬਰਬਾਦ ਕਰ ਦਿੱਤਾ ਹੈ। ਦੂਜੇ ਬੰਨੇ ਉਰਦੂ ਫਿਲਮਾਂ ਬਣਾਉਣ ਵਾਲੇ ਹਿਦਾਇਤਕਾਰ ਨਜ਼ਰੁਲ ਇਸਲਾਮ ਹੋਰਾਂ ਕਾਲੇ ਚੋਰ ਨਾਂ ਦੀ ਇੱਕ ਫਿਲਮ ਪੰਜਾਬੀ ਫਿਲਮਾਂ ਦੇ ਢੰਗ ਉੱਤੇ ਬਣਾਈ। ਇਸ ਵਿੱਚ ਹੀਰੋ ਦਾ ਪਾਤਰ ਸੁਲਤਾਨ ਰਾਹੀ ਹੋਰਾਂ ਨੂੰ ਦਿੱਤਾ ਗਿਆ। ਇਹ ਫਿਲਮ ਉਰਦੂ ਤੇ ਪੰਜਾਬੀ ਦੋਹਾਂ ਜ਼ੁਬਾਨਾਂ ਵਿੱਚ ਬਣੀ ਤੇ ਦੋਹਾਂ ਵਿੱਚ ਹੀ ਕਾਮਯਾਬ ਹੋਈ। ਇਸ ਫਿਲਮ ਵਿੱਚ ਸਿਆਸੀ ਤੇ ਅਫਸਰ ਸ਼ਾਹੀ ਦੇ ਲੋਕਾਂ ਦੇ ਮੂੰਹ ਤੋਂ ਮਖੋਟਾ ਉਤਾਰਿਆ ਗਿਆ। ਸੰਗੀਤ ਵੱਲੋਂ ਵੀ ਇਹ ਫਿਲਮ ਕਾਮਯਾਬ ਗਈ। ਇਸ ਦਾ ਪੰਜਾਬੀ ਗੀਤ ਛੱਲਾ ਪਾ ਦੇ ਰਾਂਝਣਾ ਬਹੁਤ ਮਸ਼ਹੂਰ ਹੋਇਆ। ਇਸ ਫਿਲਮ ਦੇ ਪੰਜਾਬੀ ਵਰਜਨ ਤੇ ਜਾਵੇਦ ਸ਼ੇਖ ਹੋਰਾਂ ਨੂੰ ਬਿਹਤਰੀਨ ਅਦਾਕਾਰ ਦਾ ਐਵਾਰਡ ਦਿੱਤਾ ਗਿਆ। ਇਸ ਵਰੇ ਦੋ ਜ਼ਬਾਨਾਂ ਵਿੱਚ ਬਣਨ ਵਾਲੀਆਂ 32 ਫਿਲਮਾਂ ਵਿੱਚੋਂ 3 ਕਾਮਯਾਬ ਰਹੀਆਂ। ਇਹਨਾਂ ਵਿੱਚ ਰੈਂਬੋ, ਆਲਮੀ ਜਾਸੂਸ ਤੇ ਕਾਲੇ ਚੋਰ ਸੀ। ਉਰਦੂ ਵਿੱਚ ਇਸ ਵਰੇ ਕੁੱਲ 6 ਫਿਲਮਾਂ ਬਣੀਆਂ, ਜਿਨ੍ਹਾਂ ਵਿੱਚੋਂ 3 ਯੱਕੇ 3 ਛੱਕੇ ਤੇ ਵਤਨ ਕੇ ਰਖਵਾਲੇ ਨਾਂ ਦੀਆਂ 2 ਫਿਲਮਾਂ ਕਾਮਯਾਬ ਹੋਈਆਂ। ਇਹ ਗੱਲ ਵੀ ਆਪਣੀ ਥਾਂ ਸੱਚ ਹੈ ਭਾਈ, ਇਸ ਵਰੇ ਪੰਜਾਬੀ ਜ਼ੁਬਾਨ ਵਿੱਚ 29 ਫਿਲਮਾਂ ਬਣੀਆਂ ਤੇ 29 ਦੀਆਂ 29 ਹੀ ਨਾਕਾਮ ਗਈਆਂ। ਇੰਜ ਇਹ ਵਰਾ ਪੰਜਾਬੀ ਫਿਲਮਾਂ ਵਾਸਤੇ ਸਭ ਤੋਂ ਬੁਰਾ ਗਿਆ। ਸਿੰਧੀ ਵਿੱਚ ਇੱਕੋ ਫਿਲਮ ਬਣੀ ਤੇ ਉਹ ਕਾਮਯਾਬ ਰਹੀ। ਇੰਜ ਪੰਜਾਬੀ 100% ਨਾਕਾਮ ਤੇ ਸਿੰਧੀ 100% ਕਾਮਯਾਬ ਰਹੀ। ਸਿੰਧੀ ਵਿੱਚ ਕਾਮਯਾਬ ਹੋਣ ਵਾਲੀ ਫਿਲਮ ਦਾ ਨਾਂ ਦਰਿਆ ਖਾਨ ਸੀ। ਇਸ ਵਰੇ ਪਸ਼ਤੋ ਜ਼ੁਬਾਨ ਵਿੱਚ 24 ਫਿਲਮਾਂ ਬਣੀਆਂ, ਜਿਨ੍ਹਾਂ ਵਿੱਚੋਂ 3 ਕਾਮਯਾਬ ਰਹੀਆਂ। ਕਾਮਯਾਬ ਹੋਣ ਵਾਲੀਆਂ ਫਿਲਮਾਂ ਵਿੱਚ ਆਦਮ ਖੋਰ, ਵਜ਼ਵੇ ਸ਼ਹਿਨਸ਼ਾਹ ਤੇ ਸ਼ੀਸ਼ਨਾਗ ਦਾ ਨਾਂ ਸ਼ਾਮਲ ਹੈ। ਬੇਨਜ਼ੀਰ ਭੁੱਟੋ ਹੋਰਾਂ ਦੀ ਸਰਕਾਰ ਵੱਲੋਂ ਇੱਕ ਵਾਰ ਮੁੜ ਸੈਂਸਰ ਬੋਰਡ ਵਿੱਚ ਅਵਾਮੀ ਨੁਮਾਇੰਦਿਆਂ ਨੂੰ ਲਿਆ ਗਿਆ। ਜ਼ਿਆਉਲ ਹੱਕ ਵੱਲੋਂ ਸ਼ੁਰੂ ਕੀਤਾ ਗਿਆ ਨੈਸ਼ਨਲ ਐਵਾਰਡ ਮੁਕਾ ਦਿੱਤਾ ਗਿਆ। ਕਿਹਾ ਜਾਂਦਾ ਹੈ ਭਈ ਜ਼ਿਆਉਲ ਹੱਕ ਵੱਲੋਂ ਦਿੱਤਾ ਜਾਵਣ ਵਾਲਾ ਇਹ ਐਵਾਰਡ ਅਸਲ ਵਿੱਚ ਜ਼ਿਆਉਲ ਹੱਕ ਵੱਲੋਂ ਵੱਡੀ ਵਜੋਂ ਦਿੱਤਾ ਜਾਂਦਾ ਸੀ। ਮਸ਼ਹੂਰ ਫਿਲਮੀ ਗੀਤਕਾਰ ਤੇ ਲਿਖਾਰੀ ਔਰੰਗਜ਼ੇਬ ਖਲੀਲ 3 ਨਵੰਬਰ ਵਾਲੇ ਦਿਨ ਰੱਬ ਨੂੰ ਪਿਆਰੇ ਹੋ ਗਏ। ਇੰਜ ਇਹ ਵਰਾ ਆਪਣੇ ਅਖੀਰ ਨੂੰ ਪੁੱਜਾ।